ਗੁਰੂ ਪਿਆਰਿਓ ਸਤਿਗੁਰੂ ਜੀ ਬਾਣੀ ਦੇ ਵਿੱਚ ਇਹ ਵਚਨ ਕਰਦੇ ਨੇ ਕਿ ਜਿਹੜੇ ਗੁਰੂ ਦੇ ਪਿਆਰੇ ਨੇ ਜਿਹੜੇ ਪਰਮੇਸ਼ਰ ਨੂੰ ਯਾਦ ਕਰਦੇ ਨੇ ਉਹ ਫਿਰ ਪਰਮਾਤਮਾ ਦੇ ਨਾਲ ਪਿਆਰ ਪਾ ਲੈਂਦੇ ਨੇ ਉਹ ਜਿਹੜੇ ਵੀ ਸੰਸਾਰ ਦੇ ਵਿੱਚ ਕਾਰਜ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਆਪ ਉਹਨਾਂ ਤੋਂ ਕਰਵਾਉਂਦਾ ਹੈ ਆਪ ਰਹਿਮਤਾਂ ਕਰਦਾ ਹੈ ਗੁਰਮੁਖੋ ਪਿਆਰਿਓ ਐਸੀ ਜਿਹੜੀ ਬਖਸ਼ਿਸ਼ ਹੈ ਉਹ ਗੁਰੂ ਨਾਨਕ ਦੇ ਦਰੋਂ ਘਰੋਂ ਵਰਤ ਰਹੀ ਹੈ ਸਤਿਗੁਰੂ ਜੀ ਦੀ ਇਹ ਰਹਿਮਤ ਹੈ ਇਹ ਬਖਸ਼ਿਸ਼ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆਓ ਗੁਰਮੁਖੋ ਪਿਆਰਿਓ ਕਿਸਾਨੀ ਅੰਦੋਲਨ ਦੇ ਵਿੱਚ ਅੱਜ ਸਾਡਾ ਜਿਹੜਾ ਜ਼ਿਮੀਦਾਰ ਹਰ ਕੋਈ ਕਿਸਾਨ ਜਿਹੜਾ ਹੈ ਆਪਣੇ ਮਨ ਦੇ ਵਿੱਚ ਇਹ ਵਿਚਾਰ ਕਰਦਾ ਹੈ ਕਿ ਸਾਡੇ ਜਿਹੜੇ ਕਾਨੂੰਨ ਨੇ ਇਹ ਰੱਦ ਹੋਣ ਪਰ ਸੱਚ ਇਹ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੇ ਇਹ ਵਚਨ ਅੱਜ ਤੋਂ 30-32 ਸਾਲ ਹੀ ਪਹਿਲਾਂ ਕਹਿ ਦਿੱਤੇ ਸਨ ਕਿ ਸਾਨੂੰ ਸਾਡੇ ਹੱਕਾਂ ਦੇ ਵਿੱਚ ਕਿਸਾਨੀ ਦਾ ਹੱਕ ਮਿਲਣਾ ਚਾਹੀਦਾ ਹੈ ਅਸੀਂ ਆਪਣੇ ਫੈਸਲੇ ਆਪ ਕਰੀਏ ਐਸੇ ਸੰਤ ਸਿਪਾਹੀ ਸਨ ਆਓ ਉਹਨਾਂ ਦੇ ਬਚਨਾਂ ਨੂੰ ਯਾਦ ਕਰੀਏ ਉਹਨਾਂ ਨੇ ਮੰਜੀ ਸਾਹਿਬ ਦੇ ਉਥੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਘਰ ਤੋਂ ਜਿਹੜਾ ਕੋਈ ਵਚਨ ਕਰਦੇ ਸਨ ਤਦ ਤਥਨੀ ਦੇ ਪੂਰੇ ਸਨ ਸਰਕਾਰਾਂ ਉਹਨਾਂ ਤੋਂ ਕਿਵੇਂ ਥਰ ਥਰ ਕੰਬਦੀਆਂ ਸਨ ਅਦੀਬ ਦੇ ਬੋਲ ਨੇ ਆਓ ਸਰਵਣ ਕਰੀਏ ਜੀ ਚੜਿਆ ਸੂਰਜ ਵਾਂਗਰ ਕੁਝ ਹੀ ਵਿੱਚ ਸਾਲਾ ਆਗੂ ਬਣਿਆ ਪੰਥ ਦਾ ਇੱਕ ਪਿੰਡਰਾ ਵਾਲਾ ਧਰਮ ਦੇ ਇਤਿਹਾਸ ਵਿੱਚ ਜਿੰਨ ਮਾਰਿਆ ਮਾਰਾ ਪਿੰਡਰਾ ਹਾਜ਼ਰੀ ਪ੍ਰਵਾਨ ਕਰਨੀ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਇਕਾਗਰਤਾ ਦੇ ਨਾਲ ਗੁਰੂ ਕੇ ਬਚਨਾਂ ਨੂੰ ਸਰਵਣ ਕੀਤਾ ਹੈ ਸਤਿਗੁਰੂ ਜੀ ਕਿਰਪਾ ਕਰਨ ਸਰਬੱਤ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨ ਆਪਣੇ ਦਰੋਂ ਘਰੋਂ ਨਾਮ ਨਾਮ ਗੁਰਸਿੱਖੀ ਜੀਵਨ ਦੀਆਂ ਦਾਤਾਂ ਦੇ ਕੇ ਨਿਹਾਲ ਕਰਨ ਗੁਰੂ ਪਿਆਰੀ ਖਾਲਸਾ ਸਤਸੰਗਤ ਜੀ ਸਤਿਗੁਰਾਂ ਦੀ ਬੜੀ ਕਿਰਪਾ ਹੈ ਬੜੀ ਰਹਿਮਤ ਹੈ ਸੱਚੇ ਗੁਰਮੁਖੋ ਪਿਆਰਿਓ
ਸੰਸਾਰ ਦੇ ਵਿੱਚ ਜਿਸ ਤਰ੍ਹਾਂ ਸਰਕਾਰਾਂ ਦਾ ਕੰਮ ਹੈ ਨਾ ਉਹ ਸੰਸਾਰ ਦੇ ਵਿੱਚ ਕੋਈ ਨਾ ਕੋਈ ਕਾਰਜ ਕਰਦੀਆਂ ਨੇ ਕੋਈ ਕਰੰਸੀ ਤਿਆਰ ਕਰਦੀ ਹੈ ਕੋਈ ਬਿਊਰੋਕ੍ਰੇਟ ਤਿਆਰ ਕਰਦੀ ਹੈ ਪਰ ਸੱਚੇ ਗੁਰਮੁਖੋ ਪਿਆਰਿਓ ਕੌਮ ਦੇ ਵਿੱਚ ਜਿਹੜੇ ਯੋਧੇ ਨੇ ਜਿਹੜੇ ਸੂਰਮੇ ਨੇ ਜਿਹੜੇ ਗੁਰੂ ਦੇ ਪਿਆਰੇ ਨੇ ਸੱਚੇ ਉਹ ਵੀ ਕੌਮ ਦੇ ਵਾਸਤੇ ਬੜੀਆਂ ਮਹਾਨ ਮੋਹਰਾਂ ਤਿਆਰ ਕਰਦੇ ਨੇ ਉਹ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਦੀ ਚੜ੍ਹਦੀ ਕਲਾ ਦੇ ਨਾਲ ਵਾਂਗ ਲੋਕ ਸੰਭਾਲਦੇ ਨੇ ਇਹ ਐਸੀ ਰਹਿਮਤ ਜਿਹੜੀ ਹੈ ਉਹ ਗੁਰੂ ਨਾਨਕ ਦੇ ਦਰੋਂ ਘਰੋਂ ਵਰਤਦੀ ਹੈ ਕਿਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਅਸੀਸ ਦਿਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ